धन धन सतगुरु तेरा ही आसरा। धन धन सतगुरु तेरा ही आसरा। जिए तुझ बिन गुरु जी कैसे, जिए तुझ बिन गुरु जी कैसे, जिए तुझ बिन गुरु जी कैसे, मछली पानी बिना, प्यारी साध संगत जी, जिस तरह सारी साध संगत जानती है कि साईं बेपरवा श्याम स्थाना जी महाराज जी का जो जन्म स्थान है,
ਜਿੱਥੋਂ ਦੇ ਸਤਿਗੁਰ ਨੇ ਜੋ ਨਗਰ ਦੁਨੀਆ ਦੇ ਉਧਾਰ ਵਾਸਤੇ ਜੋ ਨਗਰ ਸਤਿਗੁਰ ਨੇ ਅਵਤਾਰ ਧਾਰਨ ਦੇ ਵਾਸਤੇ ਚੁਣਿਆ ਉਹ ਪਾਕਿਸਤਾਨ ਦੇ ਵਿੱਚ ਕੋਟੜਾ ਬਲੋਚਿਸਤਾਨ ਦੇ ਵਿੱਚ ਹੈ ਜੀ। ਤਾਂ ਸਤਸੰਗ ਜੀ ਬੈਠੇ ਬੈਠੇ ਖਿਆਲ ਆਇਆ ਦਿਲ ਵਿੱਚ ਦਿਮਾਗ ਵਿੱਚ ਸਤਿਗੁਰ ਨੇ ਦਿੱਤਾ ਤਾਂ ਕਿ ਉਸ ਜਗ੍ਹਾ ਦੇ ਦਰਸ਼ਨ ਕਰਨੇ ਦਿਲ ਨੇ ਲੋਚੇ ਤਾਂ ਜੋ ਮਜਬੂਰੀਆਂ ਅੱਗੇ ਦਿਖੀਆਂ ਸਰਹੱਦਾਂ ਅੱਗੇ ਦਿਖੀਆਂ ਤਾਂ ਉਹਨਾਂ ਸਰਹੱਦਾਂ ਨੂੰ ਔਰ ਹੱਦਾਂ ਨੂੰ ਦੇਖਦੇ ਹੋਏ ਇੱਕ ਛੋਟਾ ਜਿਹਾ ਦੋ ਚਾਰ ਲਾਈਨਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੀ। ਧੰਨ ਧੰਨ ਸਤਿਗੁਰੂ ਤੇਰੇ ਆਸਰਾ ਜੀ। ਜਦੋਂ ਪਿਤਾ ਜੀ ਸਟੇਜ ਤੇ ਹੋਣ ਤਾਂ ਸ਼ਬਦ ਜ਼ਰੂਰ ਲਾਓ ਵੀਰੇ ਕੋਟੜੇ ਵਾਲਾ ਜੀ। ਵੀਰੇ ਜੀ ਵੀਰੇ ਜਿੱਦਾਂ ਸਤਿਗੁਰ ਨੂੰ ਮਨਜ਼ੂਰ ਹੋਇਆ ਵੀਰੇ ਜਿਵੇਂ ਸਤਿਗੁਰ ਦੀ ਰਜ਼ਾ ਹੋਈ ਜ਼ਰੂਰ ਜੀ। ਔਰ ਜੀ ਦਾਤਾ ਸੱਚੇ ਸੌਦੇ ਵਾਲਿਆ ਹਾਂਜੀ ਵੀਰੇ ਧੰਨ ਧੰਨ ਸਤਿਗੁਰ ਤੇਰੇ ਆਸਰਾ। ਰਮੇਸ਼ ਜੀ ਦਾ ਨੰਬਰ ਤਾਂ ਹੋਊਗਾ ਨਾ। Thank you.
ਜੀਦਾ ਤਾਂ ਸੱਚੇ ਸੌਦੇ ਵਾਲਿਆ ਜੀਦਾ ਤਾਂ ਸੱਚੇ ਸੌਦੇ ਵਾਲਿਆ रंग बिच रंग गए।
से कोई तूफान आ गया, नए रूप में है मेहरबान आ गया, खुशियों का जैसे कोई तूफान आ गया, नए रूप में है मेहरबान आ गया, खुशियों का जैसे कोई तूफान आ गया, नए रूप में है मेहरबान आ गया, खुशियों का जैसे कोई तूफान धन धन सतगुरु तेरे आसरा जी। पंचकुला दे विच 24 अगस्त 2017 नूं इह कुछ लाइनां सतसंग दे विच सांझियां कीतियां सी, तां सतसंग जी सुनिओ। धन धन सतगुरु तेरे आसरा जी। एक दो लाइनां हैं जी। छल्ला मेरा जीवे ढोला, छल्ला मेरा जीवे ढोला, बड़ी रमज गैरी है, चंडीगढ़ सील हो गया, रब चले आक चैरी है। इंसान जी रियलिटी शब्द जी बिल्कुल वीरे। और रीना इंसान भैन जी बहुत वधिया भाई जी। तो रशपाल भाई जी तुहाडा शब्द तैयार है जी। हाँ जी वीरे जी वीरे केड़ा जी
हाँ बोलो। धन धन साहब त्रिया सराय भाई रशपाल भट्ट मस्तां जी शब्द की सेवा कर रहे हो सुनियो वीरे सारे ਤਾਂ ਤਾਂ ਸਤਿਗੁਰੂ ਤੇਰਾ ਹੀ ਆਸ ਜੀ ਤਾਂ ਤਾਂ ਸੋਤਿਆ ਸਵਰੇ ਸਾਡੇ ਮਾਲਕ ਤੱਕ ਤਸਵੀਰ ਥੋੜੀ ਜੀ ਸਾਡੇ ਸ਼ੈਨ ਸ਼ਾ ਤੱਕ ਤਸਵੀਰ ਥੋੜੀ ਸਾਡਾ ਗੋਦ ਚ ਬਹਿਣ ਨੂੰ ਜੀ ਕਰਦਾ शब्द लिखिया जी मेरे ख्याल बापू जी से लिखा है जी। जी ये शब्द भाई रशपाल भट्टेंसा और भाई धर्मपाल भट्टेंसा जी उन्होंने फादर साहब सरदार हरी सिंह इंसा जी माड़ी मुस्तफा उन्होंने को लिखवाया पिता जी ने बहुत पुराने शब्द लिखे हुए और अज बहुत ज़्यादा कम दे रहे सानू बहुत सेवा दे बहुत हैल्प कर रहे साड़ी तो सतगुर दा वारे वारे जाइए और सतगुरु के अगे अरदास है कि उन्होंने होर सेवा का बल बख्शन और अपने चरण कमलों के नाल प्रेम प्यार विश्वास इदा ही बढ़ता रहे जी। धन धन सतगुरु तेरे आसरा जी। तो एक होर शब्द है जी भाई की नाम से वीर सुरजीत सिंह मेरे ख्याल शायद राजस्थान संगरिया के नेड़े पिंड है शायद भाई जी का सुरजीत इंसा जी
ਤਾਂ ਉਹਨਾਂ ਦਾ ਲਿਖਿਆ ਹੋਇਆ ਇੱਕ ਸ਼ਬਦ ਹੈ ਜੀ, ਸੁਣਿਓ, ਧੰਨ ਧੰਨ ਸਤਿਗੁਰੂ ਦਰਿਆ ਸਾਹਿਬ। ਗੱਲਾਂ ਹੁੰਦੀਆਂ ਜਦੋਂ ਆ ਗਿਆ ਬਾਗ ਦਾ ਮਾਲੀ ਜੀ, ਦੇਖਿਓ ਫਿਰ ਗੱਲਾਂ।
ਧੰਨ ਸਤਿਗੁਰੂ ਤੇਰੇ ਆਸਰਾ ਜੀ, ਧੰਨ ਧੰਨ ਸਤਿ ਪੂਰੀ ਐਮ ਐਸ ਜੀ ਭਜਨ ਮੰਡਲੀ ਵੱਲੋਂ ਤੁਹਾਨੂੰ ਨਾਰਾ ਹੈ ਵੀਰੇ, ਪ੍ਰਵਾਨ ਕਰਿਓ ਧੰਨ ਧੰਨ ਸਤਿਗੁਰੂ ਤੇਰੇ ਆਸਰਾ। ਔਰ ਸਤਿਗੁਰੂ ਇੱਦਾਂ ਹੀ ਖਿਆਲ ਦੇ ਕੇ ਵਧੀਆ ਵਧੀਆ ਸ਼ਬਦ ਵਿਸ਼ਵਾਸ ਵਾਲੇ ਪਿਆਰ ਵਾਲੇ ਲਿਖਵਾਉਂਦੇ ਰਹਿਣ ਵੀਰੇ, ਧੰਨ ਧੰਨ ਸਤਿਗੁਰੂ ਆਸਰਾ ਜੀ। ਤਾਂ ਤਾਰ ਦੇ ਨਾਲ ਤਾਰ ਅੱਜ ਫਿਰ ਜੋੜਦੇ ਹਾਂ ਵੀਰੇ, ਧੰਨ ਧੰਨ ਸਤਿਗੁਰੂ ਤੇਰੇ ਆਸਰਾ। ਧੰਨ ਧੰਨ ਸਤਿਗੁਰੂ ਤੇਰੇ ਆਸਰਾ। ਸ਼ਾਲਾ ਕੁੜੇ ਸ਼ਰਾਬ ਇਸ਼ਕ ਦੀ, ਸ਼ਾਲਾ ਕੁੜੇ ਸ਼ਰਾਬ ਇਸ਼ਕ ਦੀ, ਕਿਸ ਮੈਂ ਖਾਨਿਓ ਆਈ ਹੂ, ਸ਼ਾਮਸਤਾਨਾ ਜਿਨੇ ਆਪ ਤਿਆਰ ਕਰੀ, ਮੋਰ ਸੱਚੇ ਸੌਦੇ ਦੀ ਲਾਈ ਹੂ। ਤਨ 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 ਸ਼ਾਹ ਸਤਨਾਮ ਜੀ ਪਿਆਰੇ, ਜਿਸ ਖਲਕਤ ਵਿੱਚ ਵਰਤਾਈ ਹੂ, ਮੀਤ ਪਿਆਰਾ ਸਭ ਦਾ ਜਾਨੀ, ਕਹੇ ਮੀਤ ਨਸ਼ਾ ਉਸਨੂੰ ਕਰਦੀ ਤਾਰ, ਜਿਨ੍ਹਾਂ ਨੇ ਪਾਈ ਜਿਹੜੇ ਰੂਪ ਵਿੱਚ ਚਾਹੇ ਦੇਖਣਾ, 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 ਜਵਾਬ ਆਊਗਾ ਤਾਰ ਨਾਲ, ਤਾਰ ਪਾ ਕੇ ਦੇਖ ਲੈ ਜਵਾਬ ਆਊਗਾ, ਤਾਰ ਨਾਲ, ਤਾਰ ਪਾ ਕੇ ਦੇਖ ਲੈ ਜਵਾਬ ਆਊਗਾ, ਤਾਰ ਨਾਲ, ਤਾਰ ਪਾ ਕੇ ਦੇਖ ਲੈ ਜਵਾਬ ਆਊਗਾ। ਪਾਈ ਮਾਈ ਮੀਰਾਂ ਨੇ ਜਵਾਬ ਆਇਆ ਸੀ, ਤਾਰ ਪਾਈ ਮਾਈ ਮੀਰਾਂ ਨੇ ਜਵਾਬ ਆਇਆ ਸੀ, ਤਾਰ ਪਾਈ ਮਾਈ ਮੀਰਾਂ ਨੇ ਜਵਾਬ ਆਇਆ ਸੀ, ਤਾਰ ਪਾਈ ਮਾਈ ਮੀਰਾਂ ਨੇ ਜਵਾਬ ਆਇਆ ਸੀ, ਚਹਿਰ ਪਿਆਲਾ ਅੰਮ੍ਰਿਤ ਦਾ ਸਵਾਦ ਆਇਆ, ਸਵਾਦ ਆਊਗਾ ਤਾਰ ਨਾਲ, ਤਾਰ ਪਾ ਕੇ ਦੇਖ ਲੈ ਜਵਾਬ ਆਊਗਾ।
ਸ਼ਬਦ ਦੇ ਨਾਲ ਲੱਗਦਾ ਇੱਕ ਹੋਰ ਸ਼ਬਦ ਹੈ ਜੀ, ਔਰ ਜਿੰਨਾ ਚਿਰ ਉਹ ਸ਼ਬਦ ਇਹ ਸ਼ਬਦ ਦੇ ਨਾਲ ਨਾ ਆਵੇ ਤਾਂ ਮੈਨੂੰ ਵੀ ਗਾਉਣ ਦਾ ਮਜ਼ਾ ਨਹੀਂ ਆਉਂਦਾ, ਕਮੀ ਮਹਿਸੂਸ ਹੁੰਦੀ ਰਹਿੰਦੀ ਹੈ। ਤਾਂ ਉਸਦੇ ਵਿੱਚ ਕਿਆ ਲਿਖਵਾਇਆ ਸਤਿਗੁਰ ਨੇ ਕਿ ਤੂੰ ਤੰਦ ਇਸ਼ਕ ਦੇ ਪਾ ਕੁੜੀਏ, ਔਰ ਜੋ ਕੁੜੀ ਲਫਜ਼ ਹੈ ਜੀ ਉਹ ਰੂਹ ਵਾਸਤੇ ਆਤਮਾ ਵਾਸਤੇ ਵਰਤਿਆ ਗਿਆ ਹੈ। ਰੂਹਾਨੀਅਤ ਵਿੱਚ ਸੂਫੀਅਤ ਵਿੱਚ ਜੋ ਆਤਮਾ ਹੈ ਜੋ ਰੂਹ ਹੈ ਉਸਨੂੰ ਨਾਰੀ ਦਾ ਰੂਪ ਸਤਿਗੁਰਾਂ ਨੇ ਦਿੱਤਾ ਹੈ, ਗੁਰਬਾਣੀ ਵਿੱਚ ਲਿਖਿਆ ਹੈ, ਔਰ ਜੋ ਸਤਿਗੁਰ ਹੈ ਉਸਨੂੰ ਪਤੀ ਪਰਮੇਸ਼ਵਰ ਦਾ ਰੂਪ ਦਿੱਤਾ ਹੈ ਜੀ। ਤਾਂ ਸੁਣਿਓ ਕਿਆ ਖਿਆਲ ਲਿਖਿਆ ਜੀ। ਆਸਰਾ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਦਿਓ ਆਗਿਆ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਗਲਤੀ ਗੁਸਤਾਖੀ ਕਿਸੇ ਦੀ ਸ਼ਾਨ ਦੇ ਖਿਲਾਫ ਸਾਡੇ ਕੋਲੋਂ ਕੋਈ ਲਫ਼ਜ਼ ਨਿਕਲ ਗਿਆ ਹੋਵੇ ਤਾਂ ਹੱਥ ਜੋੜ ਕੇ ਮਾਫ਼ੀ ਮੰਗਦੇ ਹਾਂ ਜੀ। ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ। ਸੱਚ ਕੀ ਆਵਾਜ਼, ਸੱਚ ਆਏਗਾ ਸਾਹਮਣੇ।